ਨਾ ਕੋਈ ਸਪਰੇਅ ਹੋ ਰਹੀ ਆ, ਨਾ ਲੋਕਾਂ ਦੇ ਪ੍ਰੋਟੈਸਟ ਹੋ ਰਹੇ ਆਂਢ ਗੁਆਂਢ ਦੇ ਵਿੱਚ। ਸਿਰਫ ਪੁਲਿਸ ਕਾਰਵਾਈ ਕਰ ਰਹੀ ਵਿਚਾਰੀ, ਉਹ ਸਵੇਰੇ ਵੀ ਆਈ ਸ਼ਾਮੀ ਵੀ ਆ ਰਹੀ ਆ, ਲੇਕਿਨ ਮੈਡੀਕਲ ਟੀਮ ਕੋਈ ਨਹੀਂ ਆ ਰਹੀ ਜਿਹਨਾਂ ਦਾ ਮੇਨ ਕੰਮ ਹੈ ਇੱਥੇ। ਸਾਨੂੰ ਸਵੇਰੇ ਵੀ ਫੋਨ ਆਇਆ ਸੀ ਡਾਕਟਰ ਸਾਹਿਬਾਨ ਦਾ ਜੀ, ਅਤੇ ਅਫਸਰਾਂ ਦਾ ਜੀ, ਕਿ ਇੱਦਾਂ ਕਰਕੇ ਪੋਜ਼ਿਟਿਵ ਵਾਲੀ ਲੇਡੀ ਕਿਹੜੀ, ਉਹਦਾ ਪੋਜ਼ਿਟਿਵ ਟੈਸਟ ਆਇਆ ਜੀ, ਉਹਦੇ ਰਹਿ ਰਹੀ ਹੈ, ਅਤੇ ਇੱਕ ਔਰ ਇੱਕ ਲੜਕਾ ਰਹਿ ਰਿਹਾ। ਉਹਨਾਂ ਸਾਡੇ ਨਾਲ ਬੜਾ ਵਿਰੋਧ ਕੀਤਾ, ਜਾਣ ਤੋਂ ਬਹੁਤ ਦੁਆ ਕੀਤਾ ਕਿ ਅਸੀਂ ਪੀ ਜੀ ਆਈ ਜਾਵਾਂਗੇ, ਅਸੀਂ ਜਾਵਾਂਗੇ। ਉਹਦੇ ਬਾਅਦ ਅਸੀਂ ਉਹਨਾਂ ਦੇ ਮਿੰਤਲਾ ਕਰਕੇ ਪਿਆਰ ਜੇ ਨਾਲ ਕੁਝ ਦੁਆ ਕਰਕੇ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਐਂਬੂਲੈਂਸ ਵਿੱਚ ਅੱਗੇ ਸਪੋਰਟ ਕਰਕੇ ਅਸੀਂ ਉਹਨਾਂ ਨੂੰ ਸਿਵਲ ਹੋਸਪਿਟਲ ਅਸੀਂ ਛੱਡਿਆ ਜੀ। ਬਾਕੀ ਅਸੀਂ ਸੀਲ ਕਰਕੇ ਆਲੇ ਦੁਆਲੇ ਕਿਸੇ ਬੰਦੇ ਨੂੰ ਆਉਣ ਨਹੀਂ ਦਿੰਦੇ, ਲੋਕਾਂ ਨੂੰ ਕਹਿੰਦੇ ਦੀਵਾਰਾਂ ਦੇ ਹੱਥ ਨਹੀਂ ਲਾਣੇ, ਉਹਨਾਂ ਦੇ ਗੇਟਾਂ ਦੇ ਹੱਥ ਨਹੀਂ ਲਾਣੇ ਹੈਗੇ, ਅਤੇ ਆਪਣੇ ਸਾਫ਼ ਸਫਾਈ ਰੱਖੋ।